ਗੁੱਡ ਮਾਰਨਿੰਗ ਸਟੂਡੈਂਟਸ, ਬੇਟਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਆਪਾਂ ਅੱਜ ਪੜ੍ਹਾਂਗੇ ਲੈਸਨ ਨੰਬਰ 9, ਜਿਹਦਾ ਨਾਂ ਹੈ ਭਾਈ ਲਹਿਣਾ ਜੀ। ਠੀਕ ਹੈ, ਆਪਣੀ ਕੁਰੰਬਲਾ ਬੁੱਕ ਓਪਨ ਕਰੋ, ਪੇਜ ਨੰਬਰ 53। ਠੀਕ ਹੈ ਬੇਟਾ, ਭਾਈ ਲਹਿਣਾ ਜੀ, ਬੇਟਾ ਇਹ ਆਪਾਂ ਉਸ ਦਿਨ ਔਨਲਾਈਨ ਕਲਾਸ ਦੇ ਵਿੱਚ ਵੀ ਡਿਸਕਸ ਕੀਤਾ ਸੀ। ਭਾਈ ਲਹਿਣਾ ਜੀ ਜੋ ਕਿ ਬਾਅਦ ਦੇ ਵਿੱਚ ਗੁਰੂ ਅੰਗਦ ਦੇਵ ਜੀ ਦੇ ਨਾਂ ਵਜੋਂ ਜਾਣੇ ਜਾਂਦੇ ਹੈ, ਸਿੱਖ ਧਰਮ ਦੇ ਦੂਜੇ ਗੁਰੂ ਨੇ। ਠੀਕ ਹੈ, ਇਹ ਜਿਹੜਾ ਲੈਸਨ ਹੈ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਹੈ ਵੀ ਕਿੱਥੇ ਉਹਨਾਂ ਦਾ ਜਨਮ ਹੋਇਆ ਸੀ ਅਤੇ ਕਿੱਥੇ ਉਹਨਾਂ ਨੇ ਕਿੱਦਾਂ ਗੁਰੂ ਨਾਨਕ ਦੇਵ ਜੀ ਦੇ ਸੇਵਕ ਬਣੇ ਅਤੇ ਕਿੱਦਾਂ ਉਹਨਾਂ ਨੂੰ ਗੁਰਗੱਦੀ ਸੌਂਪੀ ਗਈ ਸੀ। ਹੁਣ ਆਪਾਂ ਲੈਸਨ ਦੇ ਵਿੱਚ ਵੇਖਦੇ ਹਾਂ ਬੇਟਾ, ਗੁਰੂ ਇਸ ਪਾਠ ਵਿੱਚ ਭਾਈ ਲਹਿਣਾ ਜੀ ਜੋ ਸਿੱਖਾਂ ਦੇ ਦੂਸਰੇ ਗੁਰੂ ਅੰਗਦ ਦੇਵ ਜੀ ਵਜੋਂ ਜਾਣੇ ਜਾਂਦੇ ਹਨ ਦੀਆਂ ਗੁਰੂ ਨਾਨਕ ਦੇਵ ਜੀ ਵੱਲੋਂ ਗੁਰਗੱਦੀ ਦੇ ਉੱਤਰਾਧਿਕਾਰੀ ਬਣਾਉਣ ਲਈ ਲਈਆਂ ਗਈਆਂ ਪ੍ਰੀਖਿਆਵਾਂ ਦਾ ਵਰਣਨ ਕੀਤਾ ਗਿਆ ਹੈ। ਭਾਈ ਲਹਿਣਾ ਜੀ ਉਹਨਾਂ ਪ੍ਰੀਖਿਆਵਾਂ ਵਿੱਚੋਂ ਪੂਰੇ ਉੱਤਰੇ ਅਤੇ ਗੁਰਗੱਦੀ ਦੇ ਵਾਰਸ ਬਣੇ। ਜਾਨੀ ਵੀ ਜਿਹੜੇ ਭਾਈ ਲਹਿਣਾ ਜੀ ਸੀਗੇ ਉਹਨਾਂ ਦਾ ਨਾਂ ਹੀ ਗੁਰੂ ਅੰਗਦ ਦੇਵ ਜੀ ਹੈ ਅਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਗੁਰਗੱਦੀ ਦੇਣ ਤੋਂ ਪਹਿਲਾਂ ਉਹਨਾਂ ਦੇ ਕਾਫੀ ਸਾਰੇ ਇਮਤਿਹਾਨ ਲੈਤੇ ਤਾਂ ਕਾਫੀ ਪਰਖ ਕਰਨ ਤੋਂ ਬਾਅਦ ਹੀ ਉਹਨਾਂ ਨੂੰ ਗੁਰਗੱਦੀ ਦਿੱਤੀ ਅਤੇ ਫਿਰ ਹੀ ਉਹ ਦੂਸਰੀ ਗੁਰਗੱਦੀ ਦੇ ਵਾਰਸ ਬਣੇ। ਹੁਣ ਬੇਟਾ ਅਸੀਂ ਪਾਠ ਸ਼ੁਰੂ ਕਰਦੇ ਹਾਂ। ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਭਾਈ ਲਹਿਣਾ ਜੀ ਸੀ। ਭਾਈ ਲਹਿਣਾ ਦਾ ਜਨਮ 31 ਮਾਰਚ 1504 ਈਸਵੀ ਨੂੰ ਪਿੰਡ ਮੱਤੇ ਦੀ ਸਰਾਂ ਵਿੱਚ ਭਾਈ ਫੇਰੂ ਜੀ ਦੇ ਘਰ ਹੋਇਆ। ਫੇਰੂ ਜੀ ਦੀ ਘਰ ਦੀ ਮੰਦੀ ਮੈਨੇ ਹੁੰਦਾ ਬੇਟਾ ਮਾੜੀ ਆਰਥਿਕ ਤੰਗੀ ਹੋਣਾ ਹਾਲਤ ਕਾਰਨ ਪਿੰਡ ਛੱਡ ਕੇ ਪਹਿਲਾਂ ਹਰੀਕੇ ਅਤੇ ਫਿਰ ਖੰਡੂਰ ਸਾਹਿਬ ਆ ਵਸੇ। ਭਾਈ ਲਹਿਣਾ ਜੀ ਦਾ ਵਿਆਹ ਬੀਬੀ ਖੀਵੀ ਨਾਲ ਹੋਇਆ। ਉਹਨਾਂ ਦੇ ਘਰ ਦੋ ਪੁੱਤਰਾਂ ਅਤੇ ਦੋ ਪੁੱਤਰੀਆਂ ਨੇ ਜਨਮ ਲਿਆ। ਫਸਟ ਪੈਰੇ ਵਿੱਚ ਅਸੀਂ ਕੀ ਵੇਖਦੇ ਹਾਂ ਵੀ ਜਿਹੜੇ ਸਾਡੇ ਦੂਜੇ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਦਾ ਨਾਂ ਪਹਿਲਾਂ ਭਾਈ ਲਹਿਣਾ ਜੀ ਸੀ। ਉਹਨਾਂ ਦਾ ਜਨਮ 31 ਮਾਰਚ 1504 ਈਸਵੀ ਨੂੰ ਕਿਹੜੇ ਪਿੰਡ ਹੋਇਆ ਸੀ? ਮੱਤੇ ਦੀ ਸਰਾਂ। ਠੀਕ ਹੈ, ਕਿਹਦੇ ਘਰ ਹੋਇਆ ਸੀ? ਫੇਰੂ ਜੀ ਦੇ, ਭਾਈ ਫੇਰੂ ਜੀ ਦੇ ਘਰ ਹੋਇਆ ਸੀ। ਭਾਈ ਫੇਰੂ ਜੀ ਦੀ ਘਰ ਦੀ ਹਾਲਤ ਸੀ ਜਿਹੜੀ ਠੀਕ ਨਹੀਂ ਸੀ, ਜਿਸ ਕਰਕੇ ਉਹ ਮੱਤੇ ਦੀ ਸਰਾਂ ਨੂੰ ਛੱਡ ਕੇ ਹਰੀਕੇ ਆ ਕੇ ਰਹਿਣ ਲੱਗੇ। ਉੱਥੋਂ ਫਿਰ ਉਹ ਖੰਡੂਰ ਸਾਹਿਬ ਆ ਕੇ ਰਹਿਣ ਲੱਗ ਪਏ, ਬਸੇ ਮੈਨੇ ਰਹਿਣ ਲੱਗ ਪਏ। ਭਾਈ ਲਹਿਣਾ ਜੀ ਵੱਡੇ ਹੋ ਗਏ ਜਦੋਂ ਉਹਨਾਂ ਦਾ ਵਿਆਹ ਬੀਬੀ ਖੀਵੀ ਨਾਲ ਹੋਇਆ। ਉਹਨਾਂ ਦੇ ਘਰ ਦੋ ਪੁੱਤ ਅਤੇ ਦੋ ਪੁੱਤਰੀਆਂ ਦੋ ਧੀਆਂ ਨੇ ਜਨਮ ਲਿਆ। ਜਾਨੀ ਗੁਰੂ ਅੰਗਦ ਦੇਵ ਜੀ ਦੇ 4 ਬੱਚੇ ਸੀਗੇ। ਨੈਕਸਟ ਪੈਰੇ ਦੇ ਵਿੱਚ ਅਸੀਂ ਵੇਖਦੇ ਹਾਂ ਬੇਟਾ, ਭਾਈ ਲਹਿਣਾ ਜੀ ਸ਼ੁਰੂ ਵਿੱਚ ਦੇਵੀ ਮਤਲਬ ਦੇਵੀ ਮਾਤਾ ਦੇ ਸ਼ਰਧਾਲੂ ਸਨ। ਹਰ ਸਾਲ ਆਪਣੇ ਸੰਗੀਆਂ ਦਾ ਅਰਥ ਹੁੰਦਾ ਬੇਟਾ ਸਾਥੀ, ਜਵਾਲਾ ਜੀ ਜਾਂਦੇ ਹੁੰਦੇ ਸਨ। ਜਵਾਲਾ ਜੀ ਦਾ ਮਤਲਬ ਜਵਾਲਾ ਵਾਲੀ ਮਾਤਾ, ਜਿੱਦਾਂ ਚਿੰਤਪੁਰਨੀ ਮਾਤਾ ਹੈ, ਨੈਣਾ ਦੇਵੀ ਮਾਤਾ ਹੈ, ਇਸੇ ਤਰ੍ਹਾਂ ਹੀ ਜਵਾਲਾ ਜੀ ਵੀ ਇੱਕ ਮਾਤਾ ਨੇ। ਇੱਕ ਵਾਰ ਉਹਨਾਂ ਦੀ ਯਾਤਰਾ ਨੂੰ ਜਾਂਦੇ ਹੋਏ ਕਰਤਾਰਪੁਰ ਰੁਕੇ। ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਉਪਰੰਤ ਭਾਈ ਲਹਿਣਾ ਜੀ
ਨੇ ਸਦਾ ਲਈ ਗੁਰੂ ਜੀ ਦਾ ਸੇਵਕ ਬਣਨ ਦਾ ਮਨ ਬਣਾ ਲਿਆ। ਕਹਿੰਦੇ ਭਾਈ ਲਹਿਣਾ ਜੀ ਦੇਵੀ ਮਾਤਾ ਜਵਾਲਾ ਵਾਲੀ ਮਾਤਾ ਨੂੰ ਮੰਨਦੇ ਸੀਗੇ। ਉਹ ਆਪਣੇ ਦੋਸਤਾਂ ਮਿੱਤਰਾਂ ਸੰਗੀਆਂ ਸਾਥੀਆਂ ਦੇ ਨਾਲ ਹਰ ਸਾਲ ਜਵਾਲਾ ਜੀ ਜਾਂਦੇ ਸੀਗੇ। ਕਹਿੰਦੇ ਇੱਕ ਵਾਰ ਉਹਨਾਂ ਨੂੰ ਉੱਥੇ ਜਾਂਦੇ ਹੋਏ ਕਰਤਾਰਪੁਰੇ ਰੁਕਣਾ ਪਿਆ। ਠੀਕ ਹੈ, ਉਹ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਗੁਰੂ ਜੀ ਦਾ ਹੀ ਸੇਵਕ ਸ਼ਰਧਾਲੂ ਬਣਨ ਦਾ ਮਨ ਬਣਾ ਲਿਆ। ਥਰਡ ਪੈਰੇ ਵਿੱਚ ਵੇਖਦੇ ਹਾਂ ਬੇਟਾ ਅਸੀਂ, ਕਹਿੰਦੇ ਹਨ ਕਿ ਇੱਕ ਵਾਰ ਭਾਈ ਲਹਿਣਾ ਜੀ ਗੁਰੂ ਜੀ ਨੂੰ ਮਿਲਣ ਗਏ ਤਦ ਉਹ ਘੋੜੇ 'ਤੇ ਸਵਾਰ ਸਨ। ਘੋੜੇ 'ਤੇ ਮਤਲਬ ਤੱਤੇ ਦੇ ਉੱਪਰ ਬੇਟਾ ਜੋ ਕੋਮਾ ਲੱਗਿਆ ਹੋਇਆ ਹੈ ਉਹਨੂੰ ਕਹਿੰਦੇ ਆ ਛੁੱਟ ਮਰੋੜੀ, ਭਾਵ ਇੱਥੇ ਕੋਈ ਅੱਖਰ ਹੈ ਜਿਹੜਾ ਉਹ ਮਿਸ ਹੈ। ਠੀਕ ਹੈ, ਉਹਨਾਂ ਨੇ ਰਾਹ ਵਿੱਚ ਇੱਕ ਬਜ਼ੁਰਗ ਨੂੰ ਗੁਰੂ ਨਾਨਕ ਦੇਵ ਜੀ ਦੀ ਰਿਹਾਇਸ਼ ਦਾ ਮਤਲਬ ਰਹਿਣ ਵਾਲੀ ਥਾਂ ਟਿਕਾਣਾ, ਰਹਿਣ ਵਾਲਾ ਥਾਂ ਟਿਕਾਣਾ ਬਾਰੇ ਪੁੱਛਿਆ। ਉਹ ਬਜ਼ੁਰਗ ਭਾਈ ਲਹਿਣਾ ਜੀ ਨੂੰ ਆਪਣੇ ਨਾਲ ਲੈ ਤੁਰੇ। ਉਹ ਬਜ਼ੁਰਗ ਪੈਦਲ ਤੁਰਦੇ ਗਏ ਅਤੇ ਭਾਈ ਲਹਿਣਾ ਜੀ ਘੋੜੇ ਉੱਤੇ ਪਿੱਛੇ ਪਿੱਛੇ ਆਉਂਦੇ ਗਏ। ਸ਼ਾਮ ਵੇਲੇ ਨਿੱਤ ਵਾਂਗ ਮਤਲਬ ਹਰ ਰੋਜ਼, ਜੋ ਚੀਜ਼ ਹਰ ਰੋਜ਼ ਹੁੰਦੀ ਹੈ, ਸ਼ਬਦ ਕੀਰਤਨ ਲਈ ਦੀਵਾਨ ਸਜਿਆ। ਤਦ ਭਾਈ ਲਹਿਣਾ ਜੀ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਉਹਨਾਂ ਨੂੰ ਰਾਹ ਦੱਸਣ ਵਾਲੇ ਬਜ਼ੁਰਗ ਹੋਰ ਕੋਈ ਨਹੀਂ ਗੁਰੂ ਨਾਨਕ ਦੇਵ ਜੀ ਆਪ ਹੀ ਸਨ। ਠੀਕ ਹੈ, ਕਹਿੰਦੇ ਜਦੋਂ ਉਹ ਗੁਰੂ ਜੀ, ਉਹਨਾਂ ਨੇ ਇਹ ਮਨ ਬਣਾ ਲਿਆ ਸੀ ਵੀ ਮੈਂ ਗੁਰੂ ਨਾਨਕ ਦੇਵ ਜੀ ਦਾ ਹੀ ਸ਼ਰਧਾਲੂ ਬਣਨਾ ਹੈਗਾ, ਤਾਂ ਉਹ ਉਹਨਾਂ ਦਾ ਮਨ ਕੀਤਾ ਵੀ ਮੈਂ ਗੁਰੂ ਜੀ ਨੂੰ ਮਿਲ ਕੇ ਆਵਾਂ। ਜਦੋਂ ਉਹ ਆਪਣੇ ਘੋੜੇ 'ਤੇ ਸਵਾਰ ਹੋ ਕੇ ਜਾ ਰਹੇ ਸੀ ਤਾਂ ਰਸਤੇ ਵਿੱਚ ਇੱਕ ਬਜ਼ੁਰਗ ਤੋਂ ਰਸਤਾ ਪੁੱਛਿਆ ਵੀ ਗੁਰੂ ਨਾਨਕ ਦੇਵ ਜੀ ਕਿੱਥੇ ਰਹਿੰਦੇ ਨੇ, ਉਹਨਾਂ ਦੀ ਰਿਹਾਇਸ਼ ਕਿੱਥੇ ਹੈ, ਰਹਿਣ ਦੀ ਥਾਂ ਕਿੱਥੇ ਹੈ। ਤਾਂ ਉਹ ਬਜ਼ੁਰਗ ਨੇ ਉਹਨਾਂ ਨੂੰ ਆਪਣੇ ਨਾਲ ਲੈ ਗਏ। ਅੱਗੇ ਅੱਗੇ ਉਹ ਤੁਰਦੇ ਗਏ, ਪਿੱਛੇ ਪਿੱਛੇ ਭਾਈ ਲਹਿਣਾ ਜੀ ਤੁਰਦੇ ਗਏ। ਕਹਿੰਦੇ ਹਰ ਰੋਜ਼ ਦਰਬਾਰ ਦੇ ਵਿੱਚ ਜੋ ਕੀਰਤਨ ਸਜਦਾ ਸੀ, ਜਦੋਂ ਸ਼ਾਮ ਨੂੰ ਕੀਰਤਨ ਦੇ ਦੀਵਾਨ ਸਜੇ ਤਾਂ ਉਹ ਹੈਰਾਨ ਹੋ ਗਏ ਕਿ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਰਸਤਾ ਦੱਸਿਆ ਸੀ ਉਹ ਗੁਰੂ ਨਾਨਕ ਦੇਵ ਜੀ ਹੀ ਸੀ, ਵੀ ਉਹ ਬਜ਼ੁਰਗ ਕੋਈ ਹੋਰ ਨਹੀਂ ਸੀ, ਕੌਣ ਸੀ, ਗੁਰੂ ਨਾਨਕ ਦੇਵ ਜੀ ਆਪ ਹੀ ਸਨ। ਨੈਕਸਟ ਹੈ ਭਾਈ ਲਹਿਣਾ ਜੀ ਦੀਆਂ ਗੁਰੂ ਜੀ ਪ੍ਰਤੀ ਸੇਵਾ ਅਤੇ ਆਗਿਆਕਾਰੀ ਦੀਆਂ ਕਈ ਸਾਖੀਆਂ ਹਨ। ਸਾਖੀਆਂ ਮਤਲਬ ਕਹਾਣੀਆਂ ਨਿੱਕੀਆਂ ਨਿੱਕੀਆਂ, ਵੀ ਜਿਨ੍ਹਾਂ ਤੋਂ ਸਾਨੂੰ ਇਹ ਪਤਾ ਲੱਗਦਾ ਵੀ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੇ ਬਹੁਤ ਸੇਵਾ ਕਰਦੇ ਸੀ ਅਤੇ ਉਹਨਾਂ ਦੀ ਆਗਿਆ ਦਾ ਪਾਲਣ ਕਰਦੇ ਸੀਗੇ। ਇੱਕ ਵਾਰੀ ਉਹ ਪਿੰਡੋਂ ਆਏ ਸਨ। ਉਹਨਾਂ ਨੇ ਉਜਲੇ ਵਸਤਰ ਹੁੰਦਾ ਬੇਟਾ ਸਾਫ਼ ਸੁਥਰੇ ਕੱਪੜੇ, ਠੀਕ ਹੈ, ਪਹਿਨੇ ਹੋਏ ਸਨ ਅਤੇ ਖੇਤੋਂ ਘਾਹ ਦੀ ਇੱਕ ਪੰਡ ਘਰ ਦੇ ਪਸ਼ੂਆਂ ਲਈ ਲਿਜਾਣੀ ਸੀ। ਕੋਈ ਵੀ ਪੰਡ ਚੁੱਕਣ ਲਈ ਤਿਆਰ ਨਹੀਂ ਸੀ। ਭਾਈ ਲਹਿਣਾ ਨੇ ਆਪਣੇ ਕੱਪੜਿਆਂ ਦੇ ਖਰਾਬ ਹੋਣ ਦੀ ਪਰਵਾਹ ਨਾ ਕਰਦਿਆਂ ਘਾਹ ਦੀ ਪੰਡ ਸਿਰ ਉੱਤੇ ਚੁੱਕ ਲਈ। ਕੀ ਇਹਦੇ ਵਿੱਚ ਕੀ ਦੱਸਿਆ ਗਿਆ ਵੀ ਇੱਕ ਵਾਰੀ ਜਦੋਂ ਉਹ ਪਿੰਡੋਂ ਵਾਪਸ ਆਏ ਉਹਨਾਂ ਨੇ ਸਾਫ਼ ਸੁਥਰੇ ਧੋਤੇ ਹੋਏ ਵਧੀਆ ਕੱਪੜੇ ਪਾਏ ਹੋਏ ਸੀ, ਪਰ ਗੁਰੂ ਜੀ ਨੇ ਘਰ ਪਸ਼ੂਆਂ ਦੇ ਲਈ ਘਾਹ ਦੀ ਪੰਡ, ਬੇਟਾ ਪੰਡ ਹੁੰਦੀ ਹੈ ਇੱਕ ਪੱਲੀ ਦੇ ਵਿੱਚ ਜਿੱਦਾਂ ਘਾਹ ਵਗੈਰਾ ਪਾ ਲੈਂਦੇ ਹਾਂ ਆਪਾਂ, ਉਹਨੂੰ ਬੰਨ ਦਈਏ ਗਠੜੀ ਬਣਾ ਦਈਏ ਤਾਂ ਉਹਨੂੰ ਪੰਡ ਕਿਹਾ ਜਾਂਦਾ, ਘਰ ਲੈ ਕੇ ਜਾਣੀ ਸੀ। ਪਰ ਕੋਈ ਵੀ ਜਿਹੜਾ ਸ਼ਰਧਾਲੂ ਸੀ ਉਹ ਚੱਕਣ ਨੂੰ ਤਿਆਰ ਨਹੀਂ ਸੀ ਕਿਉਂਕਿ ਉਹ ਪੰਡ ਗਿੱਲੀ ਸੀ। ਪਰ ਭਾਈ ਲਹਿਣਾ ਜੀ ਨੇ ਆਪਣੇ ਕੱਪੜਿਆਂ ਦੀ ਪਰਵਾਹ ਨਹੀਂ ਕੀਤੀ, ਉਹਨਾਂ ਨੇ ਨਹੀਂ ਸੋਚਿਆ ਵੀ ਮੇਰੇ ਕੱਪੜੇ ਜਿਹੜੇ ਸਾਫ਼ ਸੁਥਰੇ ਹੈ ਇਹ ਖਰਾਬ ਹੋ ਜਾਣਗੇ, ਵੀ ਜੇ ਚਿੱਕੜ ਲੱਗ ਜਾਏਗਾ ਅਗਰ ਮੈਂ ਗਿੱਲਾ ਘਾਹ ਚੱਕਾਂਗਾ, ਤਾਂ ਚੁੱਪ ਚਾਪ ਉਹਨਾਂ ਨੇ ਚੁੱਕ ਕੇ ਗੁਰੂ ਜੀ ਦੇ ਘਰ
ਛੱਡ ਕੇ ਆਏ। ਨੈਕਸਟ ਹੈ ਬੇਟਾ ਐਵੇਂ ਵੀ ਦੂਸਰੀ ਘਟਨਾ ਕਿਹੜੀ ਹੈ, ਬਰਸਾਤ ਦੀ ਇੱਕ ਰਾਤ ਨੂੰ ਘਰ ਦੀ ਇੱਕ ਕੰਧ ਢਹਿ ਗਈ। ਕੰਧ ਮੈਨੇ ਹੁੰਦਾ ਬੇਟਾ ਦੀਵਾਰ। ਗੁਰੂ ਜੀ ਨੇ ਤਤਕਾਲ ਕੰਧ ਬਣਾਉਣ ਲਈ ਕਿਹਾ। ਤਤਕਾਲ ਦਾ ਅਰਥ ਹੁੰਦਾ ਬੇਟਾ ਉਸੇ ਸਮੇਂ, ਇੱਕਦਮ, ਠੀਕ ਹੈ। ਹੋਰ ਸਭ ਹਿਚਕਚਾ ਰਹੇ ਸਨ, ਵੀ ਨੱਕ ਬੁੱਲ ਚੜਾ ਰਹੇ ਸੀਗੇ ਜਾਂ ਟਲ ਰਹੇ ਸੀਗੇ। ਭਾਈ ਲਹਿਣਾ ਡਿੱਗੀ ਕੰਧ ਨੂੰ ਬਣਾਉਣ ਲਈ ਤਿਆਰ ਹੋ ਗਏ। ਇਹ ਵੀ ਕਿਹਾ ਜਾਂਦਾ ਹੈ ਕਿ ਉਸ ਡਿੱਗੀ ਕੰਧ ਨੂੰ ਭਾਈ ਲਹਿਣਾ ਜੀ ਬਣਾਉਂਦੇ, ਗੁਰੂ ਜੀ ਉਸਨੂੰ ਢਾਹ ਕੇ ਨਵੀਂ ਬਣਾਉਣ ਲਈ ਆਖ ਦਿੰਦੇ। ਇਸ ਤਰ੍ਹਾਂ ਭਾਈ ਲਹਿਣੇ ਦੀ ਆਗਿਆ ਪਾਲਣ ਦੀ ਭਾਵਨਾ ਦੀ ਚੰਗੀ ਤਰ੍ਹਾਂ ਪਰਖ ਕੀਤੀ ਗਈ। ਮਤਲਬ ਕੀ ਹੈ ਇਹ, ਵੀ ਇੱਕ ਤਾਂ ਦੇਖੋ ਪੰਡ ਵਾਲੀ ਘਟਨਾ ਹੋਈ, ਦੂਜੀ ਘਟਨਾ ਕੀ ਹੋਈ, ਵੀ ਇੱਕ ਵਾਰੀ ਮੀਂਹ ਪੈ ਰਿਹਾ ਸੀ ਜਿਸ ਕਾਰਨ ਕੰਧ ਸੀ ਜਿਹੜੀ ਉਹ ਗਿਰ ਗਈ। ਕੰਧ ਗਿਰਨ ਤੋਂ ਬਾਅਦ ਗੁਰੂ ਜੀ ਨੇ ਕਿਹਾ ਵੀ ਇਸੇ ਸਮੇਂ ਇਹ ਕੰਧ ਨੂੰ ਬਣਾਇਆ ਜਾਵੇ, ਠੀਕ ਹੈ। ਹੁਣ ਸਭ ਮੀਂਹ ਪੈਣ ਤੋਂ ਬਾਅਦ ਦੇਖੋ ਚਿੱਕੜ ਹੁੰਦਾ, ਪਾਣੀ ਹੁੰਦਾ, ਗਾਰਾ ਬਣ ਜਾਂਦਾ ਸਾਰੇ ਕੱਚੇ ਮਿੱਟੀ ਦਾ, ਤਾਂ ਕੋਈ ਵੀ ਤਿਆਰ ਨਹੀਂ ਸੀ। ਸਾਰੇ ਹਿੱਜ ਵੀ ਟਾਲ ਮਟੋਲ ਕਰਨ ਲੱਗੇ, ਪਰ ਭਾਈ ਲਹਿਣਾ ਜੀ ਨੇ ਕੰਧ ਬਣਾਉਣ ਦੇ ਲਈ ਤਿਆਰ ਹੋ ਗਏ। ਉਹ ਕੰਧ ਬਣਾਉਂਦੇ, ਕਹਿੰਦੇ ਕਿਹਾ ਜਾਂਦਾ ਵੀ ਭਾਈ ਲਹਿਣਾ ਜੀ ਜਦੋਂ ਕੰਧ ਬਣਾ ਦਿੰਦੇ ਸੀ, ਗੁਰੂ ਜੀ ਢਾਹ ਦਿੰਦੇ ਸੀਗੇ ਵੀ ਦੁਬਾਰਾ ਵੀ ਭਾਈ ਇਹ ਕੰਧ ਦੁਬਾਰਾ ਬਣਾਓ, ਠੀਕ ਹੈ। ਇਸ ਤਰ੍ਹਾਂ ਵੀ ਮਤਲਬ ਕਿ ਉਹਨਾਂ ਨੇ ਕੋਈ ਵੀ ਨਾ ਨੁੱਕਰ ਨਹੀਂ ਕੀਤੀ ਵੀ ਮੈਂ ਬਣਾਉਣਾ ਅਤੇ ਗੁਰੂ ਜੀ ਢਾਹ ਦਿੰਦੇ ਆ। ਉਹ ਚੁੱਪ ਕਰਕੇ ਦੁਬਾਰਾ ਫਿਰ ਕੰਧ ਸੀ ਜਿਹੜੀ ਬਣਾ ਦਿੰਦੇ ਸੀ, ਵੀ ਇਸ ਤਰ੍ਹਾਂ ਉਹਨਾਂ ਦੀ ਆਗਿਆ ਪਾਲਣਾ ਕਰਨ ਦੀ ਪ੍ਰੀਖਿਆ ਹੋਈ। ਉਹਨਾਂ ਦਾ ਇੱਕ ਤਰ੍ਹਾਂ ਦਾ ਇਮਤਿਹਾਨ ਲੈਤਿਆ ਜਾ ਰਿਹਾ ਸੀ, ਉਹਨਾਂ ਨੂੰ ਪਰਖਿਆ ਜਾ ਰਿਹਾ ਸੀ ਵੀ ਇਹ ਕਿੰਨਾ ਕੁ ਆਗਿਆ ਦਾ ਪਾਲਣ ਕਰਦੇ ਹੈ। ਨੈਕਸਟ ਪੈਰੇ ਦੇ ਵਿੱਚ ਹੈ ਬੇਟਾ, ਇਹ ਸਾਖੀਆਂ ਸਾਬਤ ਕਰਦੀਆਂ ਹਨ ਕਿ ਭਾਈ ਲਹਿਣਾ ਗੁਰੂ ਜੀ ਦੇ ਸੱਚੇ ਸੇਵਕ ਹੋਣ ਕਾਰਨ ਗੁਰੂ ਜੀ ਨੇ ਆਪਣੇ ਤੋਂ ਅੱਗੇ ਦੂਜੇ ਗੁਰੂ ਵਜੋਂ ਭਾਈ ਲਹਿਣਾ ਜੀ ਨੂੰ ਹੀ ਚੁਣਿਆ। ਉਹਨਾਂ ਨੂੰ ਅੰਗਦ ਕਿਹਾ, ਇਸ ਦਾ ਭਾਵ ਸੀ ਕਿ ਭਾਈ ਲਹਿਣਾ ਗੁਰੂ ਜੀ ਦੇ ਹੀ ਅੰਗ ਹਨ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਨੇ 1539 ਈਸਵੀ ਵਿੱਚ ਭਾਈ ਲਹਿਣਾ ਜੀ ਨੂੰ ਆਪਣੇ ਹੱਥੀਂ ਗੁਰਗੱਦੀ ਸੌਂਪ ਕੇ ਭਾਈ ਲਹਿਣਾ ਗੁਰੂ ਅੰਗਦ ਦੇਵ ਜੀ ਸਦਾਈ। ਜਾਣੀ ਵੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੀ ਸੇਵਾ ਕਰਨ ਦੀ ਅਤੇ ਆਗਿਆ ਪਾਲਣ ਦੀ ਸਾਰੀ ਪ੍ਰੀਖਿਆ ਸੀ, ਇਮਤਿਹਾਨ ਸੀ ਜਿਹੜੇ ਲੈ ਚੁੱਕੇ ਸੀਗੇ, ਉਹਨਾਂ ਨੇ ਪੂਰੀ ਤਰ੍ਹਾਂ ਪਰਖ ਲਿਆ ਸੀ ਵੀ ਇਹ ਭਾਈ ਲਹਿਣਾ ਜੀ ਹੈ ਜੋ ਵੀ ਗੁਰਗੱਦੀ ਦੇਣ ਦੇ ਕਾਬਲ ਨੇਗੇ। ਇਸ ਲਈ ਕਹਿੰਦੇ ਉਹਨਾਂ ਨੇ ਆਪਣੇ ਤੋਂ ਅਗਲੇ ਗੁਰੂ ਦੇ ਵਜੋਂ ਭਾਈ ਲਹਿਣਾ ਜੀ ਨੂੰ 1539 ਈਸਵੀ ਵਿੱਚ ਗੁਰਗੱਦੀ ਸੌਂਪਤੀ ਸੀਗੀ, ਠੀਕ ਹੈ। ਜਦੋਂ ਉਹਨਾਂ ਨੂੰ ਗੁਰੂ ਬਣਾਇਆ ਗਿਆ ਤਾਂ ਉਹਨਾਂ ਦਾ ਨਾਂ ਬਦਲ ਕੇ ਕੀ ਰੱਖਤਾ ਸੀ, ਗੁਰੂ ਅੰਗਦ ਦੇਵ ਜੀ। ਅੰਗਦ ਦਾ ਕੀ ਅਰਥ ਹੈ, ਵੀ ਗੁਰੂ ਦਾ ਹੀ ਅੰਗ ਹੈ, ਠੀਕ ਹੈ। ਇਸ ਲਈ ਉਹ ਬਾਅਦ ਦੇ ਵਿੱਚ ਭਾਈ ਲਹਿਣਾ ਜੀ ਦੇ ਨਾਂ ਤੋਂ ਨਹੀਂ, ਗੁਰੂ ਅੰਗਦ ਦੇਵ ਜੀ ਦੇ ਨਾਂ ਤੋਂ ਜਾਣੇ ਜਾਂਦੇ ਸੀਗੇ। ਥਰਡ ਹੈ ਬੇਟਾ, ਗੁਰੂ ਅੰਗਦ ਦੇਵ ਜੀ ਬਾਰੇ ਇੱਕ ਹੋਰ ਸਾਖੀ, ਮੁਗਲ ਬਾਦਸ਼ਾਹ ਹਿਮਾਓ ਦੇ ਉਹਨਾਂ ਦੇ ਪੁੱਤਰ ਉਹਨਾਂ ਦੇ ਦਰਬਾਰ ਵਿੱਚ ਆਉਣ ਬਾਰੇ ਹੈ। ਬਾਬਰ ਦਾ ਪੁੱਤਰ ਹਿਮਾਓ ਸ਼ੇਰ ਸ਼ਾਹ ਸੂਰੀ ਕੋਲੋਂ ਹਾਰ ਕੇ ਆਪਣੀ ਜਾਨ ਬਚਾਉਣ ਲਈ ਭੱਜਿਆ ਫਿਰਦਾ ਸੀ। ਤਦ ਉਹ ਗੁਰੂ ਜੀ ਦੇ ਦਰਬਾਰ ਵਿੱਚ ਆਇਆ। ਅੰਤਰ ਧਿਆਨ ਹੁੰਦਾ ਵੀ ਭਗਤੀ ਵਿੱਚ ਲੀਨ ਬੈਠੇ ਸੀ ਗੁਰੂ ਜੀ ਉਸ ਸਮੇਂ। ਹਿਮਾਓ ਨੇ ਸਮਝਿਆ ਕਿ ਗੁਰੂ ਜੀ ਜਾਣ ਬੁੱਝ ਕੇ ਉਸ ਵੱਲੋਂ ਬੇਧਿਆਨੀ ਹੋ ਰਹੇ ਸਨ। ਗੁੱਸੇ ਵਿੱਚ ਆ ਕੇ ਉਹ ਆਪਣੀ ਤਲਵਾਰ ਗੁਰੂ ਜੀ 'ਤੇ ਸੁੱਤਣ ਲੱਗਿਆ। ਸੁੱਤਣ ਦਾ ਅਰਥ ਹੁੰਦਾ ਵੀ ਗੁਰੂ ਜੀ ਦੇ ਮਾਰਨ ਦੇ ਲਈ ਉਹਨੇ ਤਲਵਾਰ ਖਿੱਚੀ।
ਉਸੇ ਵੇਲੇ ਗੁਰੂ ਜੀ ਉਸ ਨੇ ਉਸ ਵੱਲ ਤੱਕਿਆ। ਜਦੋਂ ਗੁਰੂ ਜੀ ਨੇ ਉਸ ਵੱਲ ਤੱਕਿਆ, ਤੱਕਿਆ ਦਾ ਅਰਥ ਹੁੰਦਾ ਬੇਟਾ ਦੇਖਿਆ, ਉਸ ਦੇ ਹੱਥੋਂ ਤਲਵਾਰ ਛੁੱਟ ਕੇ ਥੱਲੇ ਡਿੱਗ ਪਈ ਅਤੇ ਉਹ ਗੁਰੂ ਜੀ ਦੇ ਚਰਨੀ ਪੈ ਗਿਆ। ਚਰਨੀ ਮਤਲਬ ਪੈਰਾਂ ਵਿੱਚ ਪੈ ਗਿਆ, ਠੀਕ ਹੈ। ਕਹਿੰਦੇ ਹਮਾਉ ਦਾ ਪੁੱਤਰ ਜਦੋਂ ਸ਼ੇਰ ਸ਼ਾਹ ਸੂਰੀ ਤੋਂ ਹਾਰ ਗਿਆ ਸੀ ਤਾਂ ਉਹ ਆਪਣੀ ਜਾਨ ਬਚਾਉਣ ਦੇ ਲਈ ਗੁਰੂ ਜੀ ਕੋਲ ਆਇਆ, ਤਾਂ ਉਸ ਸਮੇਂ ਗੁਰੂ ਜੀ ਭਗਤੀ ਵਿੱਚ ਮਗਨ ਸੀਗੇ, ਅੰਤਰ ਧਿਆਨ ਸੀਗੇ, ਤਾਂ ਉਹਨੂੰ ਇਹ ਲੱਗਿਆ ਵੀ ਗੁਰੂ ਜੀ ਨੇ ਸ਼ਾਇਦ ਮੈਨੂੰ ਜਾਣ ਕੇ ਇਗਨੋਰ ਮਾਰਿਆ, ਬੇਧਿਆਨ ਕੀਤਾ ਹੈਗਾ, ਠੀਕ ਹੈ, ਵੀ ਮੈਨੂੰ ਜਾਣ ਕੇ ਨਹੀਂ ਵੇਖਿਆ। ਤਾਂ ਉਹਨੇ ਗੁੱਸੇ ਵਿੱਚ ਆ ਕੇ ਗੁਰੂ ਜੀ ਨੂੰ ਮਾਰਨਾ ਚਾਹਿਆ, ਪਰ ਜਿਵੇਂ ਹੀ ਉਹਨੇ ਤਲਵਾਰ ਗੁਰੂ ਜੀ ਦੇ ਮਾਰਨ ਦੇ ਲਈ ਖਿੱਚੀ ਤਾਂ ਜਦੋਂ ਗੁਰੂ ਜੀ ਨੇ ਵੇਖਿਆ ਤਾਂ ਉਹਦੇ ਹੱਥੋਂ ਤਲਵਾਰ ਛੁੱਟ ਕੇ ਨੀਚੇ ਗਿਰ ਗਈ, ਠੀਕ ਹੈ, ਅਤੇ ਉਹ ਗੁਰੂ ਜੀ ਦੇ ਪੈਰ ਹੀ ਪੈ ਗਿਆ, ਭਾਵ ਪੈਰਾਂ ਦੇ ਵਿੱਚ ਪੈ ਕੇ ਉਹਨੇ ਮਾਫ਼ੀ ਮੰਗੀ। ਪਿਆਰੇ ਬੱਚਿਓ, ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਸਰੇ ਗੁਰੂ ਅਖਵਾਏ। ਉਹਨਾਂ ਨੇ ਗੁਰਗੱਦੀ 'ਤੇ ਬੈਠ ਕੇ ਕਈ ਧਰਮ ਪ੍ਰਚਾਰ ਦੇ ਕੰਮ ਕੀਤੇ। ਆਪ ਨੇ ਲੰਗਰ ਅਤੇ ਪੰਗਤ ਦੀ ਪ੍ਰਥਾ ਚਾਲੂ ਕੀਤੀ। ਉਹਨਾਂ ਨੇ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਲਿਪੀ ਨੂੰ ਇੱਕ ਨਵਾਂ ਰੂਪ ਦਿੱਤਾ। ਆਪ ਨੇ ਜਿੰਨੀ ਵੀ ਬਾਣੀ ਰਚੀ ਗੁਰਮੁਖੀ ਲਿਪੀ ਵਿੱਚ ਹੀ ਲਿਖੀ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਹੁਣ ਕੀ ਹੈ ਵੀ ਇਹਦੇ ਵਿੱਚ ਬੇਟਾ ਇਹ ਦੱਸਿਆ ਗਿਆ ਵੀ ਗੁਰੂ ਅੰਗਦ ਦੇਵ ਜੀ ਗੁਰੂ ਸਿੱਖ ਧਰਮ ਦੇ ਕਿਹੜੇ ਗੁਰੂ ਅਖਵਾਏ, ਦੂਜੇ ਗੁਰੂ ਅਖਵਾਏ। ਉਹਨਾਂ ਨੇ ਗੁਰਗੱਦੀ 'ਤੇ ਬੈਠ ਕੇ ਸਿੱਖ ਧਰਮ ਨਾਲ ਦਾ ਪ੍ਰਚਾਰ ਸੀ ਜਿਹੜਾ ਉਹ ਕੀਤਾ ਸੀਗਾ, ਅਤੇ ਇੱਕ ਪ੍ਰਥਾ ਜੀ ਸ਼ੁਰੂ ਕੀਤੀ ਸੀ। ਕੀ ਸੀ ਉਹਦਾ ਨਾਂ? ਲੰਗਰ ਅਤੇ ਪੰਗਤ, ਭਾਵ ਇੱਕ ਲੰਗਰ ਮੈਨੇ ਖਾਣਾ ਅਤੇ ਪੰਗਤ ਮੈਨੇ ਇੱਕ ਕਤਾਰ, ਠੀਕ ਹੈ, ਵੀ ਇੱਕ ਲਾਈਨ ਵਿੱਚ ਸਾਰੇ ਬਿਨਾਂ ਕਿਸੇ ਭੇਦਭਾਵ ਤੋਂ ਇੱਕ ਸਮਾਨ ਇੱਕ ਲਾਈਨ ਵਿੱਚ ਬੈਠ ਕੇ ਲੰਗਰ ਖਾਣਾ, ਠੀਕ ਹੈ, ਭਾਵ ਭੇਦਭਾਵ ਨੂੰ ਖਤਮ ਕਰਨ ਦੇ ਲਈ ਇਹ ਪ੍ਰਥਾ ਸ਼ੁਰੂ ਕੀਤੀ ਸੀਗੀ। ਦੂਜਾ, ਗੁਰਮੁਖੀ ਲਿਪੀ ਨੂੰ ਇੱਕ ਨਵਾਂ ਰੂਪ ਦਿੱਤਾ, ਠੀਕ ਹੈ, ਜਿਸ ਕਰਕੇ ਇਹਨੂੰ ਗੁਰਮੁਖੀ ਲਿਪੀ ਕਿਹਾ ਜਾਂਦਾ ਹੈ। ਆਪ ਨੇ ਜਿੰਨੀ ਵੀ ਬਾਣੀ ਰਚੀ ਉਹ ਸਾਰੀ ਗੁਰਮੁਖੀ ਲਿਪੀ ਵਿੱਚ ਹੀ ਰਚੀ ਹੈ। ਤਾਂ ਉਹ ਬਾਣੀ ਹੈ ਜਿਹੜੀ ਕਿੱਥੇ ਦਰਜ ਹੈ ਬੇਟਾ? ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸੋ ਇਹ ਤਾਂ ਸੀ ਗੁਰੂ ਅੰਗਦ ਦੇਵ ਜੀ ਭਾਈ ਲਹਿਣਾ ਜੀ ਦੇ ਜੀਵਨ ਬਾਰੇ ਪਾਠ। ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਵੇਗਾ ਬੇਟਾ। ਆਪਾਂ ਹੁਣ ਸ਼ਬਦ ਅਰਥਾਂ ਵੱਲ ਨਜ਼ਰ ਮਾਰਦੇ ਹਾਂ। ਫਸਟ ਹੈ ਮੰਦੀ, ਮੰਦੀ ਮੈਨੇ ਹੁੰਦਾ ਬੇਟਾ ਮਾੜੀ, ਫਿਰ ਸੰਗੀਆਂ ਮੈਨੇ ਸਾਥੀ, ਉਪਰੰਤ ਮੈਨੇ ਬਾਅਦ, ਨਿੱਤ ਵਾਂਗ ਰੋਜ਼ ਵਾਂਗ, ਅਤੇ ਉਜਲੇ ਹੁੰਦਾ ਸਾਫ਼ ਧੋਤੇ ਧਾਤੇ, ਕੰਧ ਮੈਨੇ ਦੀਵਾਰ, ਤਤਕਾਲ ਮੈਨੇ ਇੱਕਦਮ ਉਸੀ ਸਮੇਂ, ਸੌਂਪੀ ਮੈਨੇ ਬਖਸ਼ੀ, ਸੁੱਤਣਾ ਤਲਵਾਰ ਵਿੱਚੋਂ ਕੱਢਣਾ, ਯਤਨ ਉਪਰਾਲਾ ਕੋਸ਼ਿਸ਼ ਕਰਨਾ, ਦੇਵੀ ਦੇਵੀ ਮਾਤਾ ਜਵਾਲਾ ਦੇਵੀ ਮਾਤਾ ਦਾ ਨਾਂ, ਰਿਹਾਇਸ਼ ਰਹਿਣ ਦਾ ਥਾਂ ਟਿਕਿਆ ਨਾ ਬੇਟਾ, ਪ੍ਰਚਲਿਤ ਮਸ਼ਹੂਰ, ਵਸਤਰ ਮੈਨੇ ਹੁੰਦਾ ਕੱਪੜੇ, ਹਿਚਕਚਾਉਣਾ ਮੂੰਹ ਵੱਟਣਾ, ਸੇਵਕ ਮੈਨੇ ਹੁੰਦਾ ਬੇਟਾ ਸ਼ਰਧਾਲੂ, ਅੰਤਰ ਧਿਆਨ ਹੋ ਕੇ ਪ੍ਰਭੂ ਦੀ ਭਗਤੀ ਵਿੱਚ ਲੀਨ, ਤੱਕਿਆ ਮੈਨੇ ਵੇਖਿਆ, ਲੰਗਰ ਅਤੇ ਪੰਗਤ ਭਾਵ ਕਤਾਰ ਵਿੱਚ, ਕਤਾਰ ਹੁੰਦੀ ਹੈ ਲਾਈਨ, ਲਾਈਨ ਵਿੱਚ ਬੈਠ ਕੇ ਲੰਗਰ ਛਕਣਾ। ਸੋ ਇੱਥੇ ਤੱਕ ਉਮੀਦ ਹੈ ਤੁਹਾਨੂੰ ਬੇਟਾ ਸਮਝ ਆ ਗਿਆ ਹੋਵੇਗਾ। ਨੈਕਸਟ ਹੈ ਸਾਡਾ ਇਸ ਬੁੱਕ ਦੇ ਨਾਲ ਸੰਬੰਧਿਤ ਬੁੱਕ ਵਰਕ, ਜਿੱਦਾਂ ਫਸਟ 'ਤੇ ਹੈ ਕੁਐਸਚਨ ਆਨਸਰ। ਪਹਿਲਾ ਕੁਐਸਚਨ ਹੈ ਬੇਟਾ, ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਗੁਰੂ ਉੱਤਰ ਹੈ, ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ 1504 ਈਸਵੀ ਨੂੰ ਮੱਤੇ ਦੀ ਸਰਾਂ ਵਿੱਚ ਹੋਇਆ। ਸੈਕਿੰਡ ਹੈ, ਗੁਰੂ ਅੰਗਦ ਦੇਵ ਜੀ ਦਾ ਵਿਆਹ ਕਿਸ ਨਾਲ ਹੋਇਆ ਅਤੇ ਆਪ ਦੇ ਘਰ ਕਿੰਨੇ ਪੁੱਤਰ ਧੀਆਂ ਨੇ ਜਨਮ ਲਿਆ? ਗੁਰੂ ਉੱਤਰ ਹੈ, ਗੁਰੂ ਅੰਗਦ ਦੇਵ ਜੀ ਦਾ ਵਿਆਹ ਬੀਬੀ ਖੀਵੀ ਨਾਲ ਹੋਇਆ ਅਤੇ ਆਪ ਦੇ ਘਰ 2 ਪੁੱਤਰ ਅਤੇ 2 ਪੁੱਤਰੀਆਂ ਨੇ ਜਨਮ ਲਿਆ।
ਥਰਡ ਹੈ ਜਿਸ ਬਜ਼ੁਰਗ ਨੇ ਗੁਰੂ ਅੰਗਦ ਦੇਵ ਜੀ ਨੂੰ ਨਾਨਕ ਦੇਵ ਜੀ ਦੇ ਰਿਹਾਇਸ਼ ਬਾਰੇ ਪੁੱਛਿਆ ਜਿਸ ਬਜ਼ੁਰਗ ਨੂੰ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਰਿਹਾਇਸ਼ ਬਾਰੇ ਪੁੱਛਿਆ ਉਹ ਕੌਣ ਸਨ? ਉਹ ਬਜ਼ੁਰਗ ਗੁਰੂ ਨਾਨਕ ਦੇਵ ਜੀ ਹੀ ਸਨ। ਫੋਰਥ ਹੈ ਕੁਐਸਚਨ, ਗੁਰੂ ਅੰਗਦ ਦੇਵ ਜੀ ਨੇ ਕਿਸ ਚੀਜ਼ ਦੀ ਪ੍ਰਵਾਹ ਨਾ ਕਰਦਿਆਂ ਪੰਡ ਚੁੱਕ ਲਈ? ਉੱਤਰ ਹੈ ਉਹਨਾਂ ਨੇ ਆਪਣੇ ਕੱਪੜਿਆਂ ਦੇ ਖਰਾਬ ਹੋਣ ਦੀ, ਬੇਟਾ ਇੱਥੇ ਗਲਤੀ ਨਾਲ ਹੋਣ ਹੀ ਲਿਖਿਆ ਗਿਆ, ਹੋਣ ਦੀ ਪ੍ਰਵਾਹ ਨਾ ਕਰਦਿਆਂ, ਇੱਥੇ ਕੰਨਾ ਆਏਗਾ, ਇਹ ਕੱਟ ਦਿਓ, ਇੱਥੇ ਕੰਨਾ ਆਏਗਾ, ਪ੍ਰਵਾਹ ਕੰਨਾ ਵੀ ਨਹੀਂ ਆਉਣਾ। ਕੱਪੜਿਆਂ ਦੇ ਖਰਾਬ ਹੋਣ ਦੀ ਪ੍ਰਵਾਹ ਨਾ ਕਰਦਿਆਂ ਪੰਡ ਸਿਰ 'ਤੇ ਚੁੱਕ ਲਈ। ਖਰਾਬ ਹੋਣ ਹੈ ਬੇਟਾ, ਇੱਥੇ ਬਿਹਾਰੀ ਕੱਟ ਦਿਓ, ਗਲਤੀ ਨਾਲ ਪੈ ਗਈ। ਗੁਰੂ ਜੀ ਦੇ ਦਰਬਾਰ ਵਿੱਚ ਆਏ ਹਿਮਾਊ ਨਾਲ ਕੀ ਬੀਤੀ? ਕੀ ਬੀਤੀ? ਜਦੋਂ ਗੁਰੂ ਜੀ ਨੇ ਉਸ ਵੱਲ ਤੱਕਿਆ ਤਾਂ ਉਸ ਦੇ ਹੱਥੋਂ ਤਲਵਾਰ ਛੁੱਟ ਕੇ ਥੱਲੇ ਡਿੱਗ ਗਈ ਅਤੇ ਉਹ ਗੁਰੂ ਜੀ ਦੇ ਚਰਨੀ ਪੈ ਗਿਆ। ਹਿਮਾਊ ਕੌਣ ਸੀ ਅਤੇ ਉਹ ਗੁਰੂ ਜੀ ਦੇ ਦਰਬਾਰ ਵਿੱਚ ਕਿਵੇਂ ਪਹੁੰਚਿਆ? ਹਿਮਾਊ ਬਾਬਰ ਦਾ ਪੁੱਤ ਸੀ। ਸ਼ੇਰ ਸ਼ਾਹ ਸੂਰੀ ਤੋਂ ਆਪਣੀ ਜਾਨ ਬਚਾਉਣ ਲਈ ਉਹ ਦਰਬਾਰ ਵਿੱਚ ਪਹੁੰਚਿਆ। ਸੈਵਨਥ ਹੈ, ਗੁਰੂ ਅੰਗਦ ਦੇਵ ਜੀ ਨੇ ਕਿਹੜੀ ਪ੍ਰਥਾ ਚਾਲੂ ਕੀਤੀ? ਇਸ ਦਾ ਕੀ ਮਕਸਦ ਸੀ? ਮਕਸਦ ਦਾ ਅਰਥ ਹੁੰਦਾ ਹੈ ਉਦੇਸ਼। ਗੁਰੂ ਜੀ ਨੇ ਲੰਗਰ ਅਤੇ ਪੰਗਤ ਦੀ ਪ੍ਰਥਾ ਚਾਲੂ ਕੀਤੀ। ਇਸ ਦਾ ਮਕਸਦ ਸਭ ਨੂੰ ਇੱਕ ਸਮਾਨ ਸਮਝਣਾ ਸੀ। ਠੀਕ ਹੈ ਬੇਟਾ, ਨੈਕਸਟ ਹੈ ਸਹੀ ਦਾ ਨਿਸ਼ਾਨ ਲਗਾਓ, ਭਾਵ ਤੁਹਾਨੂੰ ਆਪਸ਼ਨ ਦਿੱਤੇ ਹੋਏ ਹੈ ਉਹਦੇ ਉੱਪਰ ਤੁਸੀਂ ਟਿੱਕ ਕਰਨਾ ਹੈ। ਫਸਟ ਹੈ, ਗੁਰੂ ਅੰਗਦ ਦੇਵ ਜੀ ਸਿੱਖਾਂ ਦੇ 9ਵੇਂ ਗੁਰੂ ਸਨ। ਤੀਸਰੇ, ਪਹਿਲੇ, ਦੂਜੇ, ਕਿਹੜੇ ਗੁਰੂ ਸੀ? ਦੂਜੇ। ਨੈਕਸਟ ਆ ਜਾਂਦਾ ਬੇਟਾ ਕੁਐਸਚਨ ਆਪਣੇ ਕੋਲੇ, ਭਾਈ ਲਹਿਣਾ ਜੀ ਕਿਸ ਦੇ ਸ਼ਰਧਾਲੂ ਸਨ? ਵੀ ਗੁਰੂ ਨਾਨਕ ਦੇਵ ਜੀ ਦੇ ਸੇਵਕ ਬਣਨ ਤੋਂ ਪਹਿਲਾਂ ਕਿਹਦੇ ਸ਼ਰਧਾਲੂ ਸੀਗੇ? ਮਾਤਾ ਜਵਾਲਾ ਦੇ। ਫਿਰ ਨੈਕਸਟ ਹੈ, ਗੁਰੂ ਅੰਗਦ ਦੇਵ ਜੀ ਨੇ ਕਿਹੋ ਜਿਹੇ ਕੱਪੜਿਆਂ ਦੀ ਪ੍ਰਵਾਹ ਨਾ ਕਰਦਿਆਂ ਘਾਹ ਦੀ ਗਿੱਲੀ ਪੰਡ ਚੁੱਕ ਲਈ? ਗੰਦੇ, ਉਜਲੇ, ਪਾਟੇ ਹੋਏ। ਕਿਹੋ ਜਿਹੇ ਕੱਪੜੇ? ਉਜਲੇ ਕੱਪੜੇ ਸੀਗੇ, ਪਰ ਉਹਨਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ। ਆਪਣੇ ਉਜਲੇ ਕੱਪੜਿਆਂ ਦੀ ਪ੍ਰਵਾਹ ਨਾ ਕਰਦੇ ਹੋਇਆਂ ਘਾਹ ਦੀ ਪੰਡ ਚੁੱਕ ਲਈ। ਫੋਰਥ ਹੈ, ਅੰਗਦ ਦਾ ਕੀ ਅਰਥ ਹੈ? ਪ੍ਰਭੂ ਦਾ ਅੰਗ, ਸੰਗਤਾਂ ਦਾ ਅੰਗ, ਗੁਰੂ ਦਾ ਅੰਗ? ਕਾਹਦਾ ਅੰਗ? ਗੁਰੂ ਦਾ ਅੰਗ। ਲਾਸਟ ਹੈ, ਗੁਰੂ ਅੰਗਦ ਦੇਵ ਜੀ ਨੇ ਕਿਹੜੀ ਲਿਪੀ ਨੂੰ ਨਵਾਂ ਰੂਪ ਦਿੱਤਾ? ਹਿੰਦੀ ਨੂੰ, ਪੰਜਾਬੀ ਨੂੰ, ਗੁਰਮੁਖੀ ਨੂੰ? ਕਿਹੜੀ ਨੂੰ ਦਿੱਤਾ ਸੀ ਬੇਟਾ? ਗੁਰਮੁਖੀ ਨੂੰ। ਨੈਕਸਟ ਹੈ, ਵਾਕਾਂ ਵਿੱਚ ਵਰਤੋਂ। ਠੀਕ ਹੈ ਬੇਟਾ, ਇਹ ਵਾਕ ਮੈਂ ਲਿਖ ਦਿੱਤੇ ਹੈ, ਜੇ ਤੁਸੀਂ ਕੋਈ ਹੋਰ ਸੌਖਾ ਲਿਖਣਾ ਚਾਹੁੰਦੇ ਹੋ ਤਾਂ ਲਿਖ ਸਕਦੇ ਹੋ। ਫਸਟ ਹੈ ਵਿਆਹ, ਗੁਰੂ ਜੀ ਦਾ ਵਿਆਹ ਬੀਬੀ ਖੀਵੀ ਨਾਲ ਹੋਇਆ। ਸੈਕਿੰਡ ਹੈ, ਸ਼ਰਧਾਲੂ, ਗੁਰੂ ਜੀ ਮਾਤਾ ਦੇ ਸ਼ਰਧਾਲੂ ਸਨ। ਥਰਡ ਹੈ, ਬਜ਼ੁਰਗ, ਗੁਰੂ ਨਾਨਕ ਦੇਵ ਜੀ ਬਜ਼ੁਰਗ ਸਨ। ਫੋਰਥ ਹੈ, ਸ਼ਬਦ ਕੀਰਤਨ, ਇੱਕ ਦਰਬਾਰ ਵਿੱਚ ਸ਼ਬਦ ਕੀਰਤਨ ਹੋ ਰਿਹਾ ਸੀ। ਨੈਕਸਟ ਹੈ, ਆਗਿਆਕਾਰੀ, ਗੁਰੂ ਅੰਗਦ ਦੇਵ ਜੀ ਗੁਰੂ ਜੀ ਦੇ ਆਗਿਆਕਾਰੀ ਸੀ। ਗੁਰਗੱਦੀ, ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਦਿੱਤੀ। ਲੰਗਰ, ਮੈਂ ਗੁਰਦੁਆਰੇ ਵਿੱਚ ਲੰਗਰ ਛਕਿਆ। ਨੈਕਸਟ ਹੈ ਸਾਡੇ ਕੋਲ ਬੇਟਾ ਖਾਲੀ ਥਾਵਾਂ, ਸਹੀ ਸ਼ਬਦ ਚੁਣੋ, ਭਾਵ ਤੁਹਾਨੂੰ ਆਪਸ਼ਨ ਦਿੱਤੇ ਹੋਏ ਨੇਗੇ, ਉਹਨਾਂ 'ਚੋਂ ਸਹੀ ਆਪਸ਼ਨ ਹੈ ਜਿਹੜੀ ਭਰਨੀ ਹੈ। ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਡੈਸ਼ ਸੀ ਭਾਈ ਈਸ਼ਰ ਭਾਈ ਲਹਿਣਾ, ਕੀ ਸੀ? ਭਾਈ ਲਹਿਣਾ ਜੀ। ਸੈਕਿੰਡ ਹੈ, ਗੁਰੂ ਜੀ ਦੇ ਘਰ 2 ਪੁੱਤਰਾਂ ਅਤੇ 2 ਡੈਸ਼ ਨੇ ਜਨਮ ਲਿਆ। ਪੋਤਿਆਂ ਨੇ, ਪੁੱਤਰੀਆਂ ਨੇ? ਕਿਹਨਾਂ ਨੇ ਲਿੱਤਾ ਸੀ? ਪੁੱਤਰੀਆਂ ਨੇ। ਥਰਡ ਹੈ, ਭਾਈ ਲਹਿਣਾ ਨੇ ਡੈਸ਼ ਵਸਤਰ ਪਹਿਨੇ ਹੋਏ ਸਨ।
ਕਿਹੋ ਜਿਹੇ ਪਹਿਨੇ ਹੋਏ ਸੀ, ਮੈਲੇ ਜਾਂ ਉਜਲੇ? ਉਜਲੇ ਉਜਲੇ ਮੈਨੇ ਸਾਫ਼ ਸੁਥਰੇ। ਗੁਰੂ ਜੀ ਨੇ ਭਾਈ ਲਹਿਣਾ ਨੂੰ ਡੈਸ਼ ਕੰਧ ਬਣਾਉਣ ਲਈ ਕਿਹਾ, ਉੱਚੀ ਜਾਂ ਡਿੱਗੀ? ਡਿੱਗੀ ਹੋਈ ਕੰਧ ਬਣਾਉਣ ਲਈ ਕਿਹਾ। ਭਾਈ ਲਹਿਣਾ ਜੀ ਗੁਰੂ ਜੀ ਦੇ ਸੱਚੇ ਸੇਵਕ ਡੈਸ਼ ਸਨ, ਭਰਾ ਜਾਂ ਸੇਵਕ? ਸੇਵਕ। ਠੀਕ ਹੈ, ਹੇਠਾਂ ਲਿਖੇ ਵਾਕਾਂ ਦੇ ਸਾਹਮਣੇ ਠੀਕ ਜਾਂ ਗਲਤ ਦਾ ਨਿਸ਼ਾਨ ਲਗਾਓ। ਫਸਟ ਹੈ ਬੇਟਾ ਭਾਈ ਲਹਿਣਾ ਜੀ ਤੀਸਰੇ ਗੁਰੂ ਅਖਵਾਏ, ਗਲਤ ਕਿਹੜੇ ਸੀਗੇ? ਦੂਜੇ ਗੁਰੂ ਸੀਗੇ। ਠੀਕ ਹੈ, ਨੈਕਸਟ ਹੈ ਭਾਈ ਲਹਿਣਾ ਜੀ ਗਿੱਲੀ ਪੰਡ ਨੂੰ ਚੁੱਕਣ ਲਈ ਹਿਚਕਚਾਉਣ ਲੱਗੇ, ਗਲਤ ਉਹਨਾਂ ਨੇ ਉਹਦੀ ਉਸੇ ਸਮੇਂ ਚੱਕ ਲਈ ਸੀ, ਆਪਣੇ ਕੱਪੜਿਆਂ ਦੀ ਪਰਵਾਹ ਨਾ ਕੀਤੇ ਸਵੇ। ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦਾ ਸੁਧਾਰ ਕੀਤਾ, ਜੈਸ। ਹਾਂ, ਹਿਮਾਉ ਇੱਕ ਮੁਗਲ ਬਾਦਸ਼ਾਹ ਸੀ, ਹਾਂ। ਠੀਕ ਹੈ, ਨੈਕਸਟ ਹੈ ਸਾਡੇ ਕੋਲ ਵਿਆਕਰਨ ਨਾਲ ਸੰਬੰਧਤ। ਸਭ ਤੋਂ ਪਹਿਲਾਂ ਤਾਂ ਬੇਟਾ ਸ਼ੁੱਧ ਕਰਕੇ ਲਿਖੋ, ਸ਼ੁੱਧ ਮਤਲਬ ਗਲਤ ਸਾਨੂੰ ਦਿੱਤੇ ਹੋਏ ਆ ਉਹਨਾਂ ਨੂੰ ਸ਼ੁੱਧ ਕਰਨਾ। ਪਹਿਲਾ ਹੈ ਲਹਿਣਾ, ਇੱਥੇ ਨੰਨੇ ਦੀ ਜਗ੍ਹਾ ਕੀ ਆਊਗਾ? ਨਾਣਾ। ਸ਼ਰਧਾਲੂ, ਦੱਦੇ ਦੀ ਜਗ੍ਹਾ ਧੱਦਾ। ਸ਼ਰਧਾਲੂ ਬੀਬੀ, ਬੱਬੇ ਨੂੰ ਬਿਹਾਰੀ ਆਏਗੀ। ਗੁਰਗੱਦੀ, ਗੱਗੇ ਦੇ ਉੱਪਰ ਆਦਕ ਆਏਗਾ। ਸ਼ਬਦ, ਸੱਸੇ ਦੇ ਪੈਰ ਵਿੱਚ ਬਿੰਦੀ ਆਏਗੀ। ਵਿਆਹ ਬੱਬੇ ਨਾਲ ਨਹੀਂ ਹੁੰਦਾ, ਬਾਵੇ ਨਾਲ ਹੁੰਦਾ ਹੈਗਾ। ਠੀਕ ਹੈ, ਦਰਸ਼ਨ ਨਹੀਂ ਹੁੰਦਾ, ਸੱਸੇ ਪੈਰ ਬਿੰਦੀ ਆਏਗੀ। ਦਰਸ਼ਨ, ਕੰਧ। ਦੱਦਾ ਨਹੀਂ ਹੁੰਦਾ, ਧੱਦਾ ਆਏਗਾ ਬੇਟਾ। ਪੁੱਤਰ ਦੇ ਉੱਪਰ, ਪੱਪੇ ਦੇ ਉੱਪਰ ਅਧਕ ਆਏਗਾ। ਪੁੱਛਣਾ, ਪੱਪੇ ਦੇ ਉੱਪਰ ਅਧਕ ਆਏਗਾ। ਨੈਕਸਟ ਹੈ ਬੇਟਾ ਲਿੰਗ, ਲਿੰਗ ਪਲਿੰਗ। ਠੀਕ ਹੈ, ਵੀ ਲਿੰਗ ਦਿੱਤੇ ਹੋਏ ਹੈ, ਜਿੱਧਰਲੀ ਸਾਈਡ 'ਤੇ ਪਲਿੰਗ ਦਿੱਤੇ ਹੋਏ ਆ ਉੱਧਰ ਇਸਤਰੀ ਲਿੰਗ ਲਿਖਣੀ ਹੈ, ਜਿੱਧਰ ਇਸਤਰੀ ਲਿੰਗ ਦਿੱਤੇ ਹੋਏ ਆ ਉੱਧਰ ਪਲਿੰਗ ਲਿਖਣੀ ਹੈ। ਫਸਟ ਹੈ ਮੋਰ, ਮੋਰ ਦਾ ਕੀ ਆਇਆ ਹੈ? ਦਿੱਤਾ ਮੋਰਨੀ। ਫਿਰ ਡੈਸ਼ ਪੁੱਤਰੀ, ਕੀ ਆਏਗਾ? ਪੁੱਤਰ। ਦੇਵੀ, ਦੇਵ। ਠੀਕ ਹੈ, ਸੇਵਕ ਗੁਰੂ, ਘੋੜਾ ਘੋੜੀ, ਪਿਤਾ ਮਾਤਾ, ਬਾਦਸ਼ਾਹ ਬੇਗਮ, ਡਾਕਟਰ ਡਾਕਟਰਨੀ। ਨੈਕਸਟ ਹੈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ, ਭਾਵ ਇੱਕ ਲਾਈਨ ਦਿੱਤੀ ਹੋਈ ਹੈ ਵੀ ਉਹਨੂੰ ਅਸੀਂ ਇੱਕ ਸ਼ਬਦ ਵਿੱਚ ਕੀ ਕਵਾਂਗੇ। ਉਹਦੇ ਆਪਸ਼ਨ ਦਿੱਤੇ ਹੋਏ ਆ ਬੇਟਾ ਤੁਹਾਨੂੰ ਨਾਲ, ਅਤੇ ਪੜ੍ਹ ਕੇ ਅਸੀਂ ਕਰ ਲੈਣੇ। ਫਸਟ ਹੈ ਕਿਸੇ ਦੇਵੀ ਦੇਵਤੇ ਆਦਿ ਨੂੰ ਮੰਨਣ ਵਾਲੇ, ਉਹਨੂੰ ਅਸੀਂ ਕਹਿੰਦੇ ਹਾਂ ਬੇਟਾ ਸ਼ਰਧਾਲੂ। ਘੋੜੇ ਦੀ ਸਵਾਰੀ ਕਰਨ ਵਾਲਾ, ਘੋੜ ਸਵਾਰ। ਕਿਸੇ ਦੀ ਆਗਿਆ ਦਾ ਪਾਲਣ ਕਰਨ ਵਾਲਾ, ਆਗਿਆਕਾਰੀ। ਕਿਸੇ ਵੱਲ ਜਾਣ ਬੁੱਝ ਕੇ ਧਿਆਨ ਨਾ ਕਰਨ ਵਾਲਾ, ਬੇਧਿਆਨਾ। ਠੀਕ ਹੈ, ਬੇਧਿਆਨੀ ਵੀ ਜਦੋਂ ਅਸੀਂ ਕਿਸੇ ਵੱਲ ਧਿਆਨ ਨਹੀਂ ਕਰਦੇ। ਤੋ ਇਹ ਸੀ ਬੇਟਾ ਤੁਹਾਡਾ ਪਾਠ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਅਤੇ ਬੁੱਕ ਵਰਕ। ਉਮੀਦ ਹੈ ਬੇਟਾ ਤੁਹਾਨੂੰ ਪਾਠ ਵੀ ਸਮਝ ਆ ਗਿਆ ਹੋਵੇਗਾ ਅਤੇ ਬੁੱਕ ਵਰਕ ਵੀ ਸਮਝ ਆ ਗਿਆ ਹੋਵੇਗਾ। ਤਾਂ ਹੁਣ ਤੁਸੀਂ ਕੀ ਕਰਨਾ, ਲੈਸਨ ਨੂੰ ਧਿਆਨ ਨਾਲ ਪੜ੍ਹ ਲੈਣਾ ਅਤੇ ਇਹ ਬੁੱਕ ਵਰਕ ਸੁੰਦਰ ਅਤੇ ਸ਼ੁੱਧ ਲਿਖਾਈ ਦੇ ਵਿੱਚ ਆਪਣੀਆਂ ਕਰੁੰਬਲਾ ਕਿਤਾਬ ਦੇ ਉੱਪਰ ਪੂਰਾ ਕਰ ਲੈਣਾ। ਠੀਕ ਹੈ ਬੇਟਾ, ਓਕੇ, ਟੇਕ ਕੇਅਰ।